ਬਾਈ ਘਰ ਵਾਲੀ ਆਪਦੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਆਪਾਂ ਪੁਰਾਣਾ ਘਰ ਟਾ ਕੇ ਕੋਠੀ ਪਾਉਣੇ ਆ ਪਰ ਘਰ ਵਾਲ ਨੂੰ ਸਮਝਾਉਂਦਾ ਵੀ ਆਪਣਾ ਘਰ ਵਧੀਆ ਆਪ ਨੂੰ ਕੋਠੀ ਪਾਉਣ ਦੀ ਕੀ ਲੋੜ ਆ ਦੋਨੇ ਆਪਸ ਵਿੱਚ ਦੀ ਕੀ ਗੱਲਾਂ ਕਰਦੇ ਨੇ ਸੁਣ ਕੇ ਸ਼ੇਅਰ ਕਰਦੇ ਘਰ ਵਾਲੀ ਕਹਿੰਦੀ ਆ ਸੁਣ ਸਰਦਾਰਾ ਮੇਰਾ ਸੌਂਕ ਪਗਾ ਦੇ ਵੀ ਟਾ ਕੇ ਘਰ ਨੂੰ ਕੋਠੀ ਪਾ ਦੇ ਆ ਨਕਸ਼ਾ ਦੇਵਾਂ ਮੈਂ ਬਣਾ ਕੇ ਸੱਤ ਚਵਾਰਾ ਲੈਂਟਰ ਪਾ ਕੇ ਗਵਾਂਢੀ ਲਾਂਗੇ ਸਾਰੇ ਅੱਗੇ ਜਾਂਦਾ ਕਾਲਜਾ ਮੱਛੀ ਵੇ 20 ਲੱਖ ਨਾ ਸਰਜੂ ਜਾ ਵੱਧ ਤੋਂ ਵੱਧ ਲੱਗੂ 25 ਵੇ 20 ਲੱਖ ਨਾ ਸਰਜੂ ਉਹ ਕਹਿੰਦਾ ਘਰ ਵਾਲਾ ਓਏ ਤੈਨੂੰ ਕਿਹਨੇ ਮਾਰਤਾ ਫੈਂਟਰ 25 ਚ ਕੱਲਾ ਪੈਂਦਾ ਲੈਂਟਰ ਲੂਬੀ ਗੈਲਰੀ ਕੰਮ ਨੇ ਵੱਡੇ ਨਿਕਲਦੇ ਮਿਸਤਰੀ ਘਰੋਂ ਨਹੀਂ ਕੱਢੇ ਕਦੇ ਬਰੇਤੀ ਬਾਜਰੀ ਸਰੀਆ ਕਦੇ ਸਿਮਿੰਟ ਲਿਆਉਣਾ ਨਹੀਂ ਇੱਕ ਵਾਰੀ ਵਿਗੜਿਆ ਕੰਮ ਮੁੜ ਕੇ ਲੋਟ ਫੇਰ ਆਉਣਾ ਨਹੀਂ ਇੱਕ ਵਾਰੀ ਵਿਗੜਿਆ ਕਹਿੰਦੀ ਬਈ ਉਹੀ ਤੈਨੂੰ ਲੋਕ ਡਰਾਉਂਦੇ ਲੈਂਟਰ ਆਪਾਂ 1600 ਫੁੱਟ ਤੋਂ ਵੱਧ ਨਹੀਂ ਪਾਉਂਦੇ 12 12 ਦੇ ਪਾਵਾਂਗੇ ਕਮਰੇ ਕੱਢ ਕੇ ਬਾਦਰੇ ਰੱਖਾਂਗੇ ਗਾਵਲੀ 20 ਵਾਰਾਂ ਦੀ ਲੂਬੀ ਰੱਖਣੀ 8 ਵਾਰਾਂ ਦਾ ਕਿਤਨ ਵੇ ਡ੍ਰੈنگ ਰੂਮ ਚ ਸੀਸੇ ਦੂਰੋਂ ਜਿਹੜੇ ਦੇਖਣ ਵੇ ਡ੍ਰੈنگ ਰੂਮ ਚ ਸੀਸੇ ਕਹਿੰਦਾ ਜਿਹੜੀ ਅਖੀਰ ਤੱਕ ਪੈਸਾ ਖਾਂਦੀ ਰਹਿੰਦੀ ਤੇਰੀ 마ਸੀ ਰਸੋਈ 7 ਲੱਖ ਚ ਪੈਂਦੀ ਜੋੜੀਆਂ ਪੱਲੇ ਲਿਆਉਂਦੇ ਚੱਕਰ 5-7 ਲੱਖ ਦੀ ਪਾਲਣ ਲੱਕੜ ਕੁੰਡੇ ਕਬਜ਼ੇ ਮਾੜੇ ਬੰਦੇ ਦਾ ਕਰ ਦਿੰਦੇ ਨੇ ਕੁੰਡਾ ਨਹੀਂ ਫਿਰ ਰੁੱਸਿਆੜਤੀਆ ਦਿੰਦਾ ਕਦੇ ਵੀ ਰੂੰਗਾ ਨਹੀਂ ਫਿਰ ਰੁੱਸਿਆੜਤੀਆ ਆਪਣੇ ਘਰ ਵਾਲ ਨੂੰ ਕਹਿੰਦਾ ਵੀ ਉਦੋਂ ਤਾਂ ਆਪਾਂ ਵਿਆਜ ਤੇ ਪੈਸੇ ਲੈਣ ਜਾਵਾਂਗੇ ਉਹਨੇ ਆਪ ਨੂੰ ਰੂੰਗਾ ਵੀ ਨਹੀਂ ਦੇਣਾ ਜੇ ਰੁੱਸ ਗਿਆ ਕੇਰਾ ਉਹ ਕਹਿੰਦੀ ਇੱਕ ਜਵਾਰਾ ਉੱਪਰ ਰੱਖਣਾ ਪੌੜੀਆਂ ਨੂੰ ਸਤ ਪਾ ਕੇ ਢਕਣਾ ਰੰਗ ਕਲੀ ਜਦ ਪੁੱਟੀ ਭਰਤੇ ਦੁਨੀਆ ਦੇਖੀ ਦੇਖੂ ਖੜਕੇ ਡਾਉਣ ਸੀਲਿੰਗ ਤੇ ਪੀਓਪੀ ਸੱਤ ਦੇ ਜਤਨੀ ਵਾਲੀ ਵੇ ਫੜਾ ਠੇਕੇ ਤੇ ਸਾਈ ਕੰਮ ਹੋਊਗਾ ਕਾਲੀ ਵੇ ਫੜਾ ਦੇ ਠੇਕੇ ਤੇ ਸਾਈ ਕੰਮ ਹੋਊਗਾ ਕਾਲੀ ਵੇ ਉਹ ਕਹਿੰਦਾ ਠੇਕਾ ਵੀ 3 ਲੱਖ ਚ ਪੈਂਦਾ ਕੰਧਾਂ ਪਲਾਸਟਰ ਤੱਕ ਹੀ ਰਹਿੰਦਾ ਬਿਲ ਪੀਓਪੀ ਦਾ ਦੇਖ ਕੇ ਬੁੜਕੇ ਚੜੇ ਬੁਖਾਰ ਦਾ ਕੰਨ ਜੇ ਖੁਰਕੇ ਬਾਲ ਪੁੱਟੀ ਦੇ ਡਿੱਗੇ ਪਾ ਆਪਣੀ ਨਵੇਂ ਸਿਆਪੇ ਸਿਰਦੇ ਨਹੀਂ ਤੀਜੇ ਸਾਲ ਰਕਾਨੇ ਰੰਗ ਦੇ ਕੋਟ ਤਾਂ ਨਾ ਫਿਰਦੇ ਨਹੀਂ ਤੀਜੇ ਸਾਲ ਰਕਾਨੇ ਕਹਿੰਦਾ ਜੇ ਕੋਠੀਵਾ ਕੇ ਕੇਰਾ ਰੰਗ ਕਰਾ ਦਵਾਂ ਪਾਪੜੀ ਡਿੱਗੀ ਰਹਾ ਕਰੂ ਫੇਰ ਫੇਰ ਕੋਟ ਐਂ ਚੱਲੀ ਜਾਊ ਖਰਚਾ ਕਹਿੰਦਾ ਉਹ ਕਹਿੰਦੀ ਗੱਲ ਤਾਂ ਤੇਰੀ ਮਾਇਆ ਪੱਕੀ ਦੁਨੀਆ ਫਿਰਦੀ ਅੱਤ ਕਿਉਂ ਚੱਕੀ ਚੱਲ ਲੋੜ ਜਨਾਂ ਨੂੰ ਕੋਠੀ ਪਾਵੇ ਚੰਗਾ ਭਲਾ ਕਿਉਂ ਭਰਾ ਡੇਟਾਵੇ ਨਾ ਸਵਹਾਤਾ ਚ ਪਾਣੀ ਵੜਦਾ ਕੋਠੇ ਵੀ ਨੇ ਪੱਕੇ ਵੀ 10 ਲੋੜ ਕੀ ਸੱਜਣਾ ਹਰ ਕੋਈ ਕੋਠੀ ਸੱਤੇ ਵੀ 10 ਲੋੜ ਕੀ ਸੱਜਣਾ ਕਹਿੰਦਾ ਭਾਗਮਾਨੇ ਦੁਨੀਆ ਫਿਰਦੀ ਐਵੇਂ ਭੱਜੀ ਇੱਕ ਦੂਜੇ ਦੇ ਪਿੱਛੇ ਲੱਗੀ ਹਰ ਬੰਦਾ ਇਹ ਸੋਚੀ ਪੈ ਗਿਆ ਕਹਿੰਦਾ ਉਹਨੇ ਪਾਲਿਆ ਮੈਂ ਕਿਉਂ ਰਹਿ ਗਿਆ ਇਹੀ ਗੱਲ ਤੋਂ ਲੋਨ ਲਿਮਟਾਂ ਦੇ ਸਿਰ ਤੇ ਕਰਦੇ ਨੇ ਭਾਰੀ ਨਹੀਂ ਉਦੋਂ ਬੰਦਾ ਸੋਚਦਾ ਜਦ ਸਿਰ ਤੋਂ ਲੰਗੇ ਪਾਣੀ ਨਹੀਂ ਉਦੋਂ ਬੰਦਾ ਰੋਵੇ ਜਦੋਂ ਪੈਜੇ ਕੋਠੀ ਭਾਰੀ ਨਹੀਂ ਫਿਰ ਬੰਦਾ ਬਣਦਾ ਰਾਜੇ ਤੂੰ ਭਖਾਰੀ ਨਹੀਂ ਆਪ ਬਾਹਰ ਨੂੰ ਜਾਂਦੇ ਕਹਿੰਦਾ ਕੋਠੀ 'ਚ ਰਹਿੰਦੇ ਬਿਹਾਰੀ ਨਹੀਂ ਫਿਰ ਆਪ ਬਾਹਰ ਨੂੰ ਜਾਂਦੇ ਮਿੱਤਰੋ ਇਹ ਘਰ ਵਾਲੀ ਨੂੰ ਸਮਝਾਉਂਦਾ ਘਰ ਵਾਲਾ ਵੀ ਜੇ ਤਾਂ ਲੋੜ ਆ ਤਾਂ ਤਾਂ ਆਪਾਂ ਕੋਠੀ ਪਾਵਾਂਗੇ ਕੋਈ ਗੱਲ ਨਹੀਂ ਪਹਿਲੀ ਪੌਣ ਦੀ ਕਿ ਲੋੜਾ ਕਿਸੇ ਪਿੱਛੇ ਲਾ ਕੇ ਜੇ ਗਵਾਂਢੀ ਨੇ ਪਾਲੀ ਆਪਣਾ ਰਹਿ ਗਿਆ ਇਹ ਗੱਲ ਦਾ ਕੋਈ ਬਾੜਾ ਆਪ ਨੂੰ ਸ਼ੇਕ ਮਾਣੀ ਹੈਗਾ ਮੈਂ ਪਹਿਲਾਂ ਵੀ ਇੱਕ ਕੋਠੇ ਲਈ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਇਹ ਸਰਦਾ ਘਰ ਪੁਰਾਣਾ ਨਾ ਢਾਈ ਲੋੜ ਮੁਤਾਬਕ ਜਗਾ ਬਣਾਈ ਵਿਆਜ ਤੇ ਚੱਕ ਕੇ ਪੈਸੇ ਨਾ ਲਾਈਂ ਕੋਲ ਨੇ ਪੈਸੇ ਦਾ ਕੋਠੀ ਵੱਡੀ ਪਾਈ ਇਹ ਗੱਲ ਦਾ ਮਿੱਤਰੋ ਬਹੁਤ ਡੂੰਗਾ ਮਤਲਬ ਆ ਸਰਦਾ ਕਿਵੇਂ ਹੁੰਦਾ ਘਰ ਦੀ ਨਿਸ਼ਾਨੀ ਤੁਹਾਨੂੰ ਸਰਦਾ ਦੱਸਦਾ ਕਿਵੇਂ ਹੁੰਦਾ ਘਰ ਇੱਕ ਤਾਂ ਪਾਣੀ ਨਾ ਵੜਦਾ ਹੋਵੇ ਮੀਂਹ ਦਾ ਸੜਕ ਤੋਂ ਬਜਾ ਦੇਣੀ ਮਹ ਹੋ ਜਾਂਦਾ ਜੇ ਉੱਚਾ ਤਾਂ ਲੋੜ ਨਹੀਂ ਜੇ ਕੋਠੇ ਦੇ ਫਰਸ਼ ਲੱਗਿਆ ਚਿਉਂਦਾ ਨਹੀਂ ਤਾਂ ਵੀ ਨਹੀਂ ਲੋੜਾ ਕਹਿਣ ਦਾ ਮਤਲਬ ਲੋਕ ਲੋਕਾਂ ਵਿੱਚ ਇੱਲਕੀ ਰਿਸ਼ਤੇਦਾਰਾਂ ਭੈਣ ਪਾਈਆਂ ਹੋਰ ਆਪਦੇ ਆਂਡੇ ਗਵੰਡੇ ਵਿੱਚ ਇੱਲ ਕੇ ਅਗਲਾ ਕੋਠੀ ਠੋਕ ਦਿੰਦਾ ਅਗਲਾ ਫਿਰ ਬੈਠਾ ਦਾ ਮੂੜ ਤੇ ਕੰਨ ਜਾਂ ਖੁਰਕੀਂਦਾ ਉਹ ਲੱਕੜ ਵਾਲਾ ਮਿਸਤਰੀ ਯਾਰ ਕੀ ਰੇਟ ਲੈਂਦਾ ਮਨ ਤਾਂ ਲਾਦਾ ਲੱਕੜ ਵਾਲੇ ਹਰੇਕ ਬੰਦੇ ਦੀ ਲੱਕੜ ਵਾਲੇ ਮਿਸਤਰੀ ਨਾਲ ਲੜਾਈ ਹੁੰਦੀ ਆ ਸੋਨੂੰ ਗਾਲਾਂ ਦੱਸਣਾ ਪਹਿਲਾਂ ਤਾਂ ਉਹ ਚੌ ਚੌ ਦੇ ਵੱਡੀ ਕੋਠੀ ਠੋਕਦਾ ਮੱਲ ਇਦੋਂ ਬਾਅਦ ਚ ਅਗਲਾ ਕਹਿੰਦਾ ਯਾਰ ਬਈ ਕੀ ਕਰਾਂ ਵੀ ਪਾਵਾਂ ਕਨਾ ਯਾਰ ਉਹ ਮਿਸਤਰੀ ਬਿਜਲੀ ਵਾਲਾ ਬਾਰੇ ਪੈਸੇ ਲੈ ਗਿਆ ਇਹ ਕੋਈ ਲੱਗਣ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਵੀ ਮੈਂ ਲਾ ਕੇ ਕਹਿਣਾ ਕਿਸੇ ਵੀ ਗੱਲ ਮਾਤਾ ਸਮਝਿਆ ਹੈ ਕਿ ਨਾ ਜੇ ਤਾਂ ਪੈਸੇ ਨੇ ਤਾਂ ਤਾਂ ਖੁਸ਼ੀ ਮੜਾਓ ਕੋਠੀ ਵਧੀਆ ਪਾ ਲੋ ਆਪਦੀ ਰਹਿਣ ਸਾਨੂੰ ਕੋਠੀ ਵੀ ਚਾਹੀਦੀ ਆ ਜੇ ਮਿੱਤਰੋ ਅੰਨਾ ਪੈਸਾ ਪਏ ਆਪਾਂ ਕੋਠੀ ਵੀ ਨਹੀਂ ਪਾਉਂਦੇ ਫਿਰ ਵੀ ਇੱਕ ਤਰ੍ਹਾਂ ਦਾ ਉਹ ਕੰਜੂਸ ਬੰਦਾ ਹੁੰਦਾ ਆਪਦਾ ਚਲ ਸੌਂਖ ਪੂਰਾ ਕਰੋ ਛੋਟੇ ਛੋਟੇ ਵੀ ਆਪਦੇ ਕੋਠੀ ਜਗਾ ਬਣਾਓ ਰਹਿਣ ਜੋਗੀ ਵਧੀਆ ਪਾਓ ਜਿੰਨੀ ਸਰਦੀ ਆ ਜੇ ਵੱਧ ਪੈਸੇ ਨੇ ਵੱਡੀ ਵੱਡੀ ਕੋਠੀ ਵੱਡੀ ਪਾ ਲੋ ਪਰ ਲੋਕਾਂ ਵਿੱਚ ਲਾ ਕੇ ਕਦੇ ਫਾਹਣ ਫਾਨਾ ਨਾ ਲਿਓ ਕਿਉਂਕਿ ਜਦੋਂ ਲੋਕਾਂ ਮਾਲ ਲੋਕ ਤਾਂ ਫਿਰ ਪਰानु ਹੋ ਜਾਂਦੇ ਨੇ ਬੰਦਾ ਫਿਰ ਕੰਨ ਜਿਹੀ ਖੁਰਕੀ ਜਾਂਦਾ ਸਾਰਾ ਦਿਨ ਬੈਠੇ ਉਹ ਮਿਸਤਰੀ ਪੁੱਛ ਲਓ ਧੰਨਵਾਦ ਜੀ ਵਧੀਆ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਦੇ